ਤੇ ਅੱਜ ਤਰੀਕ 15 ਆਇਓ ਤੇ 13 ਤਰੀਕ ਨੂੰ ਜੋ ਕਿ ਅਸੀਂ ਪਿੰਡੋਂ ਚੱਲੇ ਸਾਂ ਤੇ ਅੱਜ ਹੋ ਗਈ 15 ਤਰੀਕ ਤੇ ਚੱਲੇ ਆ ਵਾਪਸੀ ਪਹਿਲੋ ਭੈਣੀ ਸਾਹਿਬ ਜਪ ਪ੍ਰਯੋਗ ਦਾ ਜੋ ਕਿ ਮੇਲਾ ਸੀ ਅੱਸੂ ਦਾ ਤੇ ਉਹਦਾ ਜੋ ਕਿ ਭੋਗ ਅੱਜ ਪੈ ਗਿਆ ਭੈਣੀ ਸਾਹਿਬ ਦਰਸ਼ਨ ਕਰਕੇ ਤੇ ਹੁਣ ਅਸੀਂ ਮਲੇਰਕੋਟਲੇ ਹੋ ਗਏ ਤੇ ਹੁਣ ਸੰਗਤਾਂ ਚੱਲੀਆਂ ਆਪਣੇ ਪਿੰਡਾਂ ਨੂੰ ਹਾਂ ਤੇ ਹੁਣ ਅੱਗੇ ਭਾਜੀ ਕੋ ਪੁੱਛਾਂਗੇ ਅੱਗੇ ਧਰਮਕੋਟ ਜੋ ਕਿ ਮਹਾਰਾਜ ਜੰਗ ਸਿੰਘ ਦੀ ਜਗ੍ਹਾ ਉੱਥੇ ਰੁਕਣ ਦੀ ਸਲਾਹ ਬਣਾ ਰਹੇ ਨੇ ਭਾਈ ਗੁਰਬੇਜ ਸਿੰਘ ਦੱਸਣਗੇ ਅੱਗੇ ਕਿੱਧਰ ਨੂੰ ਜਾਣਾ ਦੀਦੀ ਮਨਜੀਤ ਜੋ ਕਿ ਪ੍ਰਤਾਪ ਨਗਰੋਂ ਜੋ ਸੇਵਾ ਤੇ ਲੈ ਕੇ ਆਏ ਨੇ ਵੈਣ ਤੇ ਦਰਸ਼ਨ ਕਰਾ ਕੇ ਜਾ ਰਹੇ ਨੇ ਸੰਗਤਾਂ ਨੂੰ ਹਾਂਜੀ ਭੈਣ ਜੀ ਨੇ ਹਾਂ ਆਪਣੀ ਸੇਵਾ ਲਈ ਹੈ ਤੇ ਇਹਨਾਂ ਦੇ ਲੜਕੇ ਜੋ ਕਿ ਪਰਮਿੰਦਰ ਕਾਲੋ USA ਵਿੱਚ ਜੋ ਕਿ ਇੱਕ ਸਿੰਗਰ ਵੀ ਨੇ ਬਹੁਤ ਵਧੀਆ ਉਹਨਾਂ ਨੂੰ ਫੋਲੋ ਵੀ ਕਰ ਸਕਦੇ ਜੇ ਯੂਟਿਊਬ ਤੇ ਫੇਸਬੁੱਕ ਤੇ ਪਰਮ ਕਾਲੋ ਨਾਮ ਦਾ ਉਹਨਾਂ ਦਾ ਚੈਨਲ ਹੈ ਤੇ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਧ ਸੰਗਤਾਂ ਨੂੰ ਦਰਸ਼ਨ ਕਰਾ ਕੇ ਲਿਆਉਂਦੇ ਨੇ ਤੇ ਹੁਣ ਅੱਗੇ ਦਾ ਅਸੀਂ ਸਾਡੇ ਬਹੁਤ ਹੀ ਸਤਿਕਾਰ ਤੇ ਮਾਣ ਦੇ ਯੋਗ ਸਰਦਾਰ ਗੁਰਭੇਜ ਸਿੰਘ ਜੀ ਪਿੰਡਰ ਸਾਹਿਬ ਨਰਵਾ ਸਕੂਲ ਸੰਤ ਨਗਰ ਤੋਂ ਆਪਣੇ ਸਕੂਲ ਦੀ ਵੈਨ ਲੈ ਕੇ ਆਪਣੇ ਪਰਿਵਾਰਾਂ ਨੂੰ ਆਪਣੇ ਸਾਥੀਆਂ ਨੂੰ ਭੈਣ ਭਰਾਵਾਂ ਨੂੰ ਛੋਟੇ ਬੱਚਿਆਂ ਨੂੰ ਅੱਸੂ ਦਾ ਮੇਲੇ 'ਤੇ ਸੇਵਾ ਕਰਕੇ ਚੱਲੇ ਨੇ ਔਰ ਬੜਾ ਵਧੀਆ ਲੱਗਿਆ ਇਹਨਾਂ ਦੇ ਨਾਲ ਸਫ਼ਰ ਕਰਕੇ ਔਰ ਇਹਨਾਂ ਨੇ ਇੰਨੀਆਂ ਖੁਸ਼ੀਆਂ ਲੁੱਟੀਆਂ ਹੈ ਭੈਣੀ ਸਾਹਿਬ ਤੋਂ ਸਿੱਧਾ ਮਲੇਰਕੋਟਲਾ ਸਾਹਿਬ ਪਹੁੰਚੇ ਹੈ ਔਰ ਬੜਾ ਹੀ ਸਫ਼ਰ ਵਧੀਆ ਚੱਲ ਰਿਹਾ ਹੈ ਔਰ ਪਰਮਾਤਮਾ ਕਿਰਪਾ ਕਰੇ ਕਿ ਸਫ਼ਰ ਖੈਰ ਸੁੱਖ ਰਾਜੀ ਬਾਜੀ ਪਿੰਡਾਂ ਨੂੰ ਪਹੁੰਚਦਾ ਹੋਇਆ ਰਾਸਤੇ ਦੇ ਵਿੱਚ ਕਹਿ ਰਹੇ ਵੀ ਪਿੰਡ ਸਰ ਕਿਹੜਾ ਜਗ੍ਹਾ ਸਥਾਨ ਵਧੀਆ ਧਰਮਕੋਟ ਦੇ ਵਿੱਚ ਵੀ ਕਹਿੰਦੇ ਨੇ ਵੀ ਦਰਸ਼ਨ ਮੇਲੇ ਹੋਣਗੇ ਔਰ ਬੜਾ ਹੀ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ ਮੌਸਮ ਨੇ ਬੜਾ ਵਧੀਆ ਸਾਥ ਦਿੱਤਾ ਬੜੀ ਸੋਹਣੀ ਬਾਰਿਸ਼ ਵਗੈਰਾ ਠੰਡਾ ਮੌਸਮ ਸੀ ਔਰ ਬੜਾ ਵਧੀਆ ਲੱਗਿਆ ਹੈ ਔਰ ਅਸੀਂ ਧੰਨਵਾਦ ਕਰਦੇ ਵੀਰ ਜੀ ਦਾ ਪਿੰਡਰ ਸਾਹਿਬ ਜੀ ਦਾ ਹਾਂਜੀ ਚਲੋ ਜੀ ਜਿਵੇਂ ਸਰ ਨੇ ਕਿਹਾ ਵੀ ਬਹੁਤ ਵਧੀਆ ਸਫ਼ਰ ਜੋ ਕਿ ਕੱਟਿਆ ਅਤੇ ਹੁਣ ਜਾ ਰਹੇ ਹਾਂ ਵਾਪਸੀ ਅਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਥੈਂਕ ਯੂ